ਸ੍ਰੀ ਗੋਇੰਦਵਾਲ ਸਾਹਿਬ ਤੋਂ ਸਿੱਧਾ ਬਿਆਸ ਦਰਿਆ ਤੋਂ ਪਾਰ 8 ਕਿਲੋਮੀਟਰ ਦੂਰ ਕਪੂਰਥਲੇ ਜ਼ਿਲ੍ਹੇ ਵਿੱਚ ਤਲਵੰਡੀ ਪਿੰਡ ਹੈ। ਉੱਥੇ ਇੱਕ ਸਿੱਖ ਰਹਿੰਦਾ ਸੀ। ਉਸਦੀ ਇੱਕ ਲੱਤ ਲੰਗੜੀ ਸੀ, ਜਿਸ ਕਰਕੇ ਉਹ ਫੌੜੀਆਂ ਦੇ ਸਹਾਰੇ ਤੁਰਦਾ ਸੀ। ਉਹ ਆਪਣੇ ਪਿੰਡ ਤੋਂ ਰੋਜ਼ ਸ਼ਰਧਾ ਨਾਲ ਗੁਰੂ ਜੀ ਵਾਸਤੇ ਦਹੀਂ ਲਿਆਉਂਦਾ ਸੀ। ਉਸਨੂੰ ਇਹ ਸੇਵਾ ਕਰਦਿਆਂ ਬਹੁਤ ਸਮਾਂ ਹੋ ਗਿਆ ਸੀ। ਇਹ ਸੇਵਾ ਉਹ ਨੇਮ ਨਾਲ ਕਰਦਾ ਸੀ, ਭਾਵੇਂ ਕਿਤਨਾ ਹੀ ਮੀਂਹ ਕਿਉਂ ਨਾ ਪਵੇ। ਇੱਕ ਦਿਨ ਉਹ ਦਹੀਂ ਲੈ ਕੇ ਆ ਰਿਹਾ ਸੀ। ਰਸਤੇ ਵਿੱਚ ਉਸਨੂੰ ਪਿੰਡ ਦਾ ਚੌਧਰੀ ਮਿਲਿਆ। ਉਸਨੇ ਮਖੌਲ ਕਰਦੇ ਨੇ ਉਸਨੂੰ ਫੌੜੀ ਖੋਹ ਲਈ ਅਤੇ ਆਖਣ ਲੱਗਾ, ਤੂੰ ਸਦਾ ਹੀ ਆਪਣੇ ਗੁਰੂ ਕੋਲ ਜਾਂਦਾ ਹੈ ਅਤੇ ਪ੍ਰੇਮ ਨਾਲ ਉਸਨੂੰ ਦਹੀਂ ਛਕਾਉਂਦਾ ਹੈ। ਉਹਨਾਂ ਨੇ ਹੁਣ ਤੱਕ ਤੇਰੀ ਲੱਤ ਠੀਕ ਨਹੀਂ ਕੀਤੀ, ਇਸ ਕਰਕੇ ਤੇਰਾ ਗੁਰੂ ਜੀ ਕੋਲ ਜਾਣਾ ਅਤੇ ਸੇਵਾ ਕਰਨੀ ਸਭ ਵਿਅਰਥ ਹੈ। ਤੂੰ ਆਉਂਦਿਆਂ ਜਾਂਦਿਆਂ ਦੁਖੀ ਹੁੰਦਾ ਹੈ, ਤੇਰਾ ਗੁਰੂ ਜੀ ਨੇ ਇਹ ਵੀ ਦੁੱਖ ਦੂਰ ਨਹੀਂ ਕੀਤਾ। ਗੋਇੰਦਵਾਲ ਸਾਹਿਬ ਉਹਨਾਂ ਨੇ ਕਈ ਮਰੇ ਹੋਏ ਜਿਉਂਦੇ ਕਰ ਦਿੱਤੇ ਹਨ, ਉਹਨਾਂ ਦੀ ਕਰਾਮਾਤ ਨੂੰ ਸਾਰੇ ਜਾਣਦੇ ਹਨ। ਤੇਰੇ 'ਤੇ ਕਿਰਪਾ ਕਰਕੇ ਹੁਣ ਤੱਕ ਤੇਰੀ ਲੱਤ ਠੀਕ ਕਿਉਂ ਨਹੀਂ ਕੀਤੀ? ਉਸ ਲੰਗੜੇ ਨੇ ਕਿਹਾ, ਮੈਨੂੰ ਨਾ ਰੋਕੋ, ਮੇਰਾ ਇਸ ਜਗ੍ਹਾ ਸਮਾਂ ਖਰਾਬ ਹੋ ਰਿਹਾ ਹੈ। ਅਤੇ ਕਿਹਾ, ਮੇਰੇ ਗੁਰੂ ਜੀ ਬੇਪਰਵਾਹ ਹਨ, ਉਹ ਇੱਕ ਖਿੰਨ ਵਿੱਚ ਜੋ ਚਾਹਣ ਕਰ ਸਕਦੇ ਹਨ, ਮੈਂ ਉਹਨਾਂ ਦੇ ਹੁਕਮ ਵਿੱਚ ਖੁਸ਼ ਹਾਂ। ਗੁਰੂ ਜੀ ਸਦਾ ਹੀ ਸਿੱਖਾਂ ਦਾ ਭਲਾ ਕਰਦੇ ਹਨ। ਇਸ ਤਰ੍ਹਾਂ ਕਹਿ ਕੇ ਉਸਨੇ ਆਪਣੀ ਫੌੜੀ ਮੰਗੀ। ਬਹੁਤ ਸਮਾਂ ਤੰਗ ਕਰਕੇ ਚੌਧਰੀ ਨੇ ਉਸਨੂੰ ਫੌੜੀ ਮੋੜ ਦਿੱਤੀ। ਉਹ ਲੰਗੜਾ ਫੌੜੀ ਦੇ ਸਹਾਰੇ ਉੱਥੋਂ ਤੁਰ ਪਿਆ। ਇੱਧਰ ਗੋਇੰਦਵਾਲ ਸਾਹਿਬ ਸਤਿਗੁਰੂ ਜੀ ਭੋਜਨ ਛਕਣ ਵਾਸਤੇ ਲੰਗਰ ਵਿੱਚ ਬੈਠੇ ਸਨ। ਥਾਲਾਂ ਵਿੱਚ ਸਾਰੀ ਸੰਗਤ ਅੱਗੇ ਭੋਜਨ ਪਰੋਸ ਦਿੱਤਾ ਸੀ। ਹੁਣ ਉਸ ਸਮੇਂ ਗੁਰੂ ਜੀ ਪੰਗਤ ਵਿੱਚ ਬੈਠੇ ਰਹੇ, ਭੋਜਨ ਨਾ ਛਕਿਆ। ਗੁਰੂ ਜੀ ਨੂੰ ਵੇਖ ਕੇ ਸਾਰੀ ਸੰਗਤ ਨੇ ਵੀ ਭੋਜਨ ਨਾ ਛਕਿਆ। ਉਸ ਸਮੇਂ ਭਾਈ ਬੱਲੂ ਨੇ ਕਿਹਾ, ਪ੍ਰਭੂ ਜੀ ਆਪ ਜੀ ਭੋਜਨ ਕਿਉਂ ਨਹੀਂ ਛਕਦੇ? ਗੁਰੂ ਜੀ ਨੇ ਕਿਹਾ, ਅਸੀਂ ਉਦੋਂ ਤੱਕ ਭੋਜਨ ਨਹੀਂ ਛਕਾਂਗੇ ਜਦੋਂ ਤੱਕ ਸਾਡਾ ਪ੍ਰੇਮੀ ਸਿੱਖ ਦਹੀਂ ਲੈ ਕੇ ਨਹੀਂ ਆ ਜਾਂਦਾ। ਅੱਜ ਉਸਨੂੰ ਪਿੰਡ ਤੋਂ ਆਉਂਦਿਆਂ ਰਸਤੇ ਵਿੱਚ ਦੇਰ ਹੋ ਗਈ ਹੈ। ਕੁਝ ਕੁ ਸਮੇਂ ਪਿੱਛੋਂ ਉਹ ਲੰਗੜਾ ਸਿੱਖ ਦਹੀਂ ਲੈ ਕੇ ਆ ਗਿਆ ਅਤੇ ਗੁਰੂ ਜੀ ਨੂੰ ਆ ਕੇ ਮੱਥਾ ਟੇਕਿਆ। ਉਦੋਂ ਗੁਰੂ ਜੀ ਨੇ ਭੋਜਨ ਛਕਿਆ ਅਤੇ ਸਾਰੀ ਸੰਗਤ ਨੇ ਵੀ ਭੋਜਨ ਛਕਿਆ। ਭੋਜਨ ਛਕਣ ਤੋਂ ਬਾਅਦ ਗੁਰੂ ਜੀ ਨੇ ਲੰਗੜੇ ਨੂੰ ਕਿਹਾ, ਅੱਜ ਤੂੰ ਇਤਨੀ ਦੇਰ ਕਿਉਂ ਲਾਈ? ਲੰਗੜੇ ਨੇ ਕਿਹਾ, ਅੱਜ ਰਾਹ ਵਿੱਚ ਮੈਨੂੰ ਪਿੰਡ ਦਾ ਚੌਧਰੀ ਮਿਲਿਆ। ਉਸਨੇ ਕਿਹਾ ਕਿ ਤੂੰ ਸਮਰੱਥ ਗੁਰੂ ਦੀ ਸੇਵਾ ਕਰਦਾ ਹੈ, ਹੁਣ ਤੱਕ ਉਹਨਾਂ ਨੇ ਤੇਰੀ ਲੰਗੜੀ ਲੱਤ ਕਿਉਂ ਨਹੀਂ ਠੀਕ ਕੀਤੀ? ਜੇ ਤੇਰੀ ਲੰਗੜੀ ਲੱਤ ਠੀਕ ਨਾ ਹੋਈ ਤਾਂ ਤੇਰੀ ਇਹ ਸੇਵਾ ਵਿਅਰਥ ਹੈ। ਉਸਨੇ ਮੇਰੀ ਫੌੜੀ ਖੋਹ ਲਈ ਸੀ। ਇਸ ਤਰ੍ਹਾਂ ਗੱਲਾਂ ਕਰਦਿਆਂ ਨੇ ਬਹੁਤ ਦੇਰ ਬਾਅਦ ਫੌੜੀ ਦਿੱਤੀ, ਇਸ ਕਰਕੇ ਮੈਨੂੰ ਦੇਰ ਲੱਗ ਗਈ। ਗੁਰੂ ਜੀ ਨੇ ਕਿਹਾ, ਤੂੰ ਸ਼ਾਹ ਹੁਸੈਨ ਪਾਸ ਜਾ ਤੇ ਪ੍ਰੇਮ ਨਾਲ ਮਿਲ, ਉਸ ਕੋਲੋਂ ਆਪਣੀ ਲੱਤ ਠੀਕ ਕਰਾ ਲੈ। ਸ਼ਾਹ ਹੁਸੈਨ ਇੱਕ ਮੁਸਲਮਾਨ ਫਕੀਰ ਸੀ ਜੋ ਗੋਇੰਦਵਾਲ ਸਾਹਿਬ ਤੋਂ 2 ਕਿਲੋਮੀਟਰ 'ਤੇ ਰਹਿੰਦਾ ਸੀ। ਉਸਨੇ ਗੁਰੂ ਜੀ ਦੀ ਸਿੱਖੀ ਧਾਰਨ ਕਰ ਲਈ ਸੀ। ਹੁਣ ਉੱਥੇ ਉਸਦੀ ਕਬਰ ਮੌਜੂਦ ਹੈ। ਉਹ ਇਹੋ ਜਿਹੇ ਸੁਭਾਅ ਦਾ ਸੀ ਕਿ ਜੋ ਵੀ ਉਸ ਕੋਲ ਜਾਂਦਾ ਸੀ ਉਸਨੂੰ ਡੰਡੇ ਮਾਰ ਕੇ ਭਜਾ ਦਿੰਦਾ ਸੀ। ਜਦੋਂ ਉਹ ਲੰਗੜਾ ਗੁਰੂ ਜੀ ਦੇ ਹੁਕਮ ਨਾਲ ਸ਼ਾਹ ਹੁਸੈਨ ਕੋਲ ਗਿਆ ਤਾਂ ਉਸਨੂੰ ਕੁਝ ਨਾ ਕਿਹਾ। ਉਸਨੇ ਪੁੱਛਿਆ, ਤੂੰ ਕਿੱਥੋਂ ਆਇਆ ਹੈ? ਲੰਗੜੇ ਨੇ ਨਮਸਕਾਰ ਕਰਕੇ ਗੁਰੂ ਜੀ ਦਾ ਕਿਹਾ ਉਸਨੂੰ ਦੱਸਿਆ। ਇਹ ਸੁਣ ਕੇ ਲੰਗੜੇ ਨੂੰ ਬਹੁਤ ਜ਼ੋਰ ਨਾਲ ਕੁੱਤਕਾ ਮਾਰਿਆ ਅਤੇ ਉੱਥੋਂ ਭਜਾ ਦਿੱਤਾ। ਜਦੋਂ ਉਹ ਭੱਜਣ ਲੱਗਾ ਤਾਂ ਉਸਦੀ ਫੌੜੀ ਉੱਥੇ ਹੀ ਰਹਿ ਗਈ। ਉਸਦੀ ਲੰਗੜੀ ਲੱਤ ਠੀਕ ਹੋ ਗਈ। ਇਹ ਵੇਖ ਕੇ ਉਹ ਲੰਗੜਾ ਅਸ਼ਚਰਜ ਹੋਇਆ ਅਤੇ ਪਿਛਾਂਹ ਮੁੜਿਆ। ਉਸਨੇ ਸ਼ਾਹ ਹੁਸੈਨ ਦੇ ਚਰਨ ਫੜ ਲਏ ਅਤੇ ਕਹਿਣ ਲੱਗਾ, ਤੁਸੀਂ ਮੇਰੀ ਲੰਗੜੀ ਲੱਤ ਠੀਕ ਕਰ ਦਿੱਤੀ ਹੈ, ਆਪ ਜੀ ਨੇ ਬਹੁਤ ਕਿਰਪਾ ਕੀਤੀ ਹੈ। ਸ਼ਾਹ ਹੁਸੈਨ ਨੇ ਕਿਹਾ, ਗੁਰੂ ਅਮਰਦਾਸ ਜੀ ਸਾਰਿਆਂ ਦੇ ਮਾਲਕ ਹਨ, ਸਾਰਾ ਕੁਝ ਆਪ ਕਰਦੇ ਹਨ, ਪਰ ਮੈਨੂੰ ਵਡਿਆਈ ਦਿੱਤੀ ਹੈ।
तू जा के गुरु जी दी शरणी पै, मेरी तरफो उन्हां नूं नमस्कार कर देई। तू गुरु जी ते भरोसा रखी, उन्हां दे पास मेरे वर्गे बहुत सेवक हन। लंगड़ा गुरु जी कोल आ गया, गुरु जी उस नूं वेख के बहुत खुश होए ते कहा, तेरी सेवा सफल हो गई। पहला प्रश्न, तलवंडी पिंड दा लंगड़ा सिख गुरु जी दी की सेवा करदा सी? दूसरा प्रश्न, पिंड दे चौधरी ने लंगड़े नूं मखौल नाल की कहा ते की कीता? तीसरा प्रश्न, जदों गुरु जी पंगत विच भोजन छकन वास्ते बैठे सन तां की कहा? चौथा प्रश्न, लंगड़े दी लत ठीक किस तरह होई? वाहिगुरू।